ਅਨਮੋਲ ਵੀਰ ਨੇ ਕਿਹਾ ਤੇ 80 ਰੁਪਏ ਹੈਗਾ ਸੱਚੀ ਪਰ ਪੀਵੀ 35 ਵਾਲਾ ਵਲੌਗ ਕਹਿਣਗੇ ਆ ਤੇ ਤੁਹਾਨੂੰ ਲੱਗ ਜਾਏਗਾ 35 ਰੁਪਏ ਗੁੱਡਾ ਲੱਗ ਗਿਆ 35 ਸਾਡੇ ਸ਼ੁਰੂ ਹੋ ਜਾਏ ਬਹੁਤ ਵੱਡਾ ਸਾਈਜ਼ ਹੈ ਜਿਹੜਾ ਮੈਂ ਤੁਹਾਨੂੰ ਇਹਦਾ ਰੇਟ ਕਹਾਂਗਾ ਨਾ ਤੁਸੀਂ ਕਹਿੰਦਾ ਨਹੀਂ ਤੁਸੀਂ ਝੂਠ ਬੋਲ ਰਹੇ ਹੋ ਭਾਈ ਮੈਨੂੰ ਤੁਸੀਂ ਜਾਣਦੇ ਹੋ ਇੱਕ ਮਿੰਟ ਪੂਰੇ ਰੇਟ ਨਹੀਂ ਲੇਗਾ ਵਧੀਆ ਪੂਰੇ ਸਮਾਨ ਕੋਟ ਚ ਜੇ ਕੋਈ ਹੋਰ ਜਗ੍ਹਾ ਤੇ ਹੈਗਾ ਨਾ ਪਟੋ ਕਾਟ ਨਹੀਂ 200 ਰੁਪਏ ਦੇ ਇੱਕ ਮਿੰਟ ਇਹਦਾ ਰੇਟ ਹੈ 200 ਰੁਪਏ ਵੈਸੇ ਬੋਲਦੇ ਲੋਕੀ ਸੀ ਨਹੀਂ ਪਰ ਆਪਾਂ ਆਪਣੇ ਬੰਦਿਆਂ ਨੂੰ ਵਧੀਆ ਰੇਟ ਦੇਣਾ ਹੁੰਦਾ ਤੁਹਾਨੂੰ ਪਤਾ ਆਪਣੇ ਇਦਾਂ ਫੈਮਿਲੀ ਹੈ ਸਾਰੀ ਠੀਕ ਹੈ ਯੂਟਿਊਬ ਫੈਮਿਲੀ ਹੈ ਹਾਂਜੀ ਅੰਕੀ ਭਾਈ ਕੀ ਬੋਲਦੇ ਹੋ 145 ਰੁਪਏ ਪੇ ਉਹਤੇ ਉਹ ਕਿਆ ਬਾਤ ਆ ਗਏ ਆ ਹਾਂਜੀ ਆਪਾਂ ਆ ਗਏ ਆ ਜੀ ਆਪਣੇ ਪੁਰਾਣ ਦੀ ਦੁਕਾਨ ਅੰਕਿਤ ਗੇਮ ਚੇਂਜਰ ਕਿੱਦਾਂ ਅੰਕਿਤ ਵੀ ਆ ਫਿਰ ਵਧੀਆ ਜੀ ਵਧੀਆ ਲੱਗਨੇ ਆ ਆਪਾਂ ਕੀ ਕਹਿੰਦੇ ਗੁੱਡੀਆਂ ਕਹਿੰਦੇ ਸਵੇਰ ਦਾ ਡਿਜ਼ਾਈਨ ਬੜੇ ਵਧੀਆ ਆ ਆਪਣੇ ਭਰਾ ਦੀ ਦੁਕਾਨ ਆ ਪੂਰੀ ਦੁਕਾਨ ਆਪਣੀ ਆ ਜੋ ਮਰਜ਼ੀ ਖਰੀਦੋ ਆ ਗਏ ਚੈੱਕ ਕਰੋ ਡਿਜ਼ਾਈਨ ਬੜੇ ਵਧੀਆ ਆ ਕਹਿੰਦੇ ਵਧੀਆ ਡਿਜ਼ਾਈਨ ਦਿਖਾਓ ਤੁਸੀਂ ਓਏ ਕੀ ਬਾਤ ਹੈ ਕੀ ਬਾਤ ਹੈ ਵਧੀਆ ਕਿਸ ਇਹਨੂੰ ਕੀ ਕਹਿੰਦੇ ਭਲਾ ਇਹ ਬਿਟਨ ਕੀ ਕਹਿੰਦੇ ਭਲਾ ਫੱਦੜ ਫੱਦੜ ਓ ਮਾਈ ਗੋਡ ਠੀਕ ਹੈ ਠੀਕ ਹੈ ਇਹ ਕਿਸ ਤਰ੍ਹਾਂ ਪੀਸ ਹੈ ਭਲਾ ਵਧੀਆ ਤੁਹਾਨੂੰ ਪਏਗਾ 27 ਰੁਪਏ ਪੀਸ 27 ਰੁਪਏ ਪੀਸ ਜੇ ਬਲਕ ਕੀ ਲਵਾਂਗੇ ਉਦੋਂ ਥੋੜਾ ਘਟਾ ਦੋਗੇ 23 ਰੁਪਏ ਪੀਸ ਓ ਕੀ ਬਾਤ 12 ਪੀਸ ਕਿੰਨੇ ਦੇ 23 ਰੁਪਏ ਪੀਸ बिलकुल ਇੱਕ ਹੋਰ ਦਿਖਾਓ ਜੀ ਇਹ ਡਿਜ਼ਾਈਨ ਛੋਟਾ ਲੱਗ ਰਿਹਾ ਪਰ ਜਦੋਂ ਉੱਡੇਗਾ ਹੋਰ ਬੜਾ ਵੱਡਾ ਲੱਗਣਾ ਸਾਹਮਣੇ ਇੱਕ ਹੋਰ ਦੇਖੋ ਜੀ ਜੈ ਸ਼ੰਕਰ ਵਾਲਾ ਜੈ ਸ਼ੰਕਰ ਜੀ ਜੈ ਸ਼ੰਕਰ ਤੇ ਇਹ ਵਾਲਾ ਕਿੰਨੇ ਦਾ ਤੇ ਉਹ ਵਾਲਾ ਇਹ ਵਾਲਾ ਤੁਹਾਨੂੰ 36 ਦਾ ਲੱਗੇਗਾ ਜੇ ਕੱਚੀ ਹੋਵੇ ਕੁਆਂਟੀਟੀ ਉਹ ਲੱਗੇਗਾ ਤੁਹਾਨੂੰ 28 ਦਾ 28 ਰੁਪਏ ਦਾ ਗੁੱਡਾ ਜੀ 28 ਰੁਪਏ ਦਾ 1.5 ਫੁੱਟ ਦਾ ਗੁੱਡਾ 28 ਰੁਪਏ ਦਾ ਅੰਕਿਤ ਜੀ ਦੀ ਦੁਕਾਨ ਤੇ ਕੀ ਬਾਤ ਹੈ ਠੀਕ ਹੈ ਸਭ ਤੋਂ ਚੀਪ ਪ੍ਰਾਈਸ ਮਿਲੇਗਾ ਤੁਹਾਨੂੰ ਇੱਧਰ ਠੀਕ ਹੈ ਜੀ ਲਓ ਜੀ चंद्रमा कहते हैं 14 रुपए लगा ਕਈ ਬੰਦੇ ਮੈਨੂੰ ਪੁੱਛ ਰਹੇ ਹੈ ਕਿ ਸਭ ਤੋਂ ਵਧੀਆ ਦੁਕਾਨ ਕਿਹੜੀ ਹੈਗੀ ਹੈ ਇਹ ਵਾਲੀ ਹੈ ਸਾਡੇ ਬੱਚਿਆਂ ਵਾਲੀ ਗੁੱਡੀ ਓਏ ਹੋਏ ਹੋਏ ਕੀ ਬਾਤ ਹੈ ਚੱਕਰ ਤੁਸੀਂ ਅੰਕਿਤ ਜੀ ਡਿਜ਼ਾਈਨ ਚੱਕ ਕਰਾਓ ਤੁਸੀਂ ਓਏ ਹੋਏ ਹੋਏ ਚੱਕ ਇਹਦਾ ਕੀ ਹੈ ਅੰਕਿਤ ਜੀ ਸਿੰਗਲ ਲੋਗੇ ਪਹਿਲਾਂ ਕਿੰਨਾ ਪ੍ਰਾਈਸ ਹੈ ਜੇ ਸਿੰਗਲ ਲੋਗੇ ਤੇ 25 ਅੱਛਾ ਜੀ ਜੇ ਬਲਕ ਚ ਲੋਗੇ ਤੇ 17 ਓ ਤੇਰੀ 25 ਰੁਪਏ ਤੇ 17 ਕੀ ਬਾਤ ਹੈ ਨਹੀਂ ਗੁੱਡੀ ਵੀ ਬੜੀ ਵੱਡੀ ਹੈ ਵੈਸੇ ਨਹੀਂ ਸਾਈਜ਼ ਦੇਖੋ ਤੁਸੀਂ ਆ ਦੇਖੋ ਇਹ ਦੇਖੋ 1.5 ਫੁੱਟ ਚੈੱਕ ਕਰੋ ਤੁਸੀਂ ਆ ਦੇਖੋ10 ਰੁਪਏ ਵਿਕਦਾ ਹੈ ਇਹਦਾ ਜੇ ਇਕੱਠੀ ਲੋਗੇ 100 ਰੁਪਏ ਦਰਜ ਓਏ ਹੋਏ ਹੋਏ 100 ਰੁਪਏ ਦੇ 100 ਰੁਪਏ ਉਹ ਵੀ ਛੱਡੋ 100 ਰੁਪਏ ਜੋਰ ਵੀ ਥੱਲੇ ਹੋਏਗਾ ਸਾਡੇ ਨਾਮ ਲਾ ਗਿਆ ਹੋਗੇ ਹੋਰ ਦੱਸੋ 90 ਰੁਪਏ ਲਾ ਲਗੇ ਡਿਸਕਾਊਂਟ ਵੀ 35 ਬਲੌਕਸ ਵਾਲਿਆਂ ਨੂੰ ਲੋ ਜੀ ਕੈਨੇਡਾ ਜੈਪੁਰੀ ਗੁੱਡਾ ਓਏ ਹੋਏ ਇਧਰ ਉਹ ਨਵੀਂ ਚੀਜ਼ ਹੈ ਜੈਪੁਰੀ ਗੁੱਡਾ ਦਾ ਉਹ ਕੈਨੇਡਾ ਹੈ ਮਸ਼ਹੂਰ ਬੜਾ ਹੈ 25 ਰੁਪਏ ਗੁੱਡਾ ਦਾ ਸਿੰਗਲ ਪੀਸ ਜੇ ਇਕੱਠੇ ਲੈਣੇ ਹੋਣਗੇ ਤੇ 18 ਰੁਪਏ ਇਹ ਕੈਨੇਡਾ ਪਿੱਛੇ ਵੀ ਰਾਜ਼ ਆ ਕੈਨੇਡਾ ਪਿੱਛੇ ਵੀ ਰਾਜ਼ ਆ ਸਾਡਾ ਮੁੰਡਾ ਜਾਣਾ ਕੈਨੇਡਾ ਜਾਇਆ ਹੀ ਨਹੀਂ ਗਿਆ ਹੀ ਨਹੀਂ ਉਹ ਕਹਿੰਦਾ ਹੁਣ ਕੈਨੇਡਾ ਹੀ ਡਾਣੇ ਆ ਬਾਈ ਬੁੱਕ ਕਰਾਣਾ ਤੇਰੇ ਵਾਸਤੇ ਹੁਣੇ ਦੇਖ ਲੈ ਆ ਦੇਖੋ ਜੀ ਸ਼ੇਰ ਵੀ ਆ ਇਧਰ ਮੋਰ ਵੀ ਆ ਬਾਈ ਸ਼ੇਰ ਕਿਧਰ ਹੈ ਲੋ ਜੀ ਹਾਟ ਵਾਲਾ ਗੁੱਡਾ 50 ਰੁਪਏ ਸੇਲ ਦਾ ਜੇ ਇਕੱਠੇ ਲੋਗ ਤੇ 38 ਰੁਪਏ ਵੇਗਾ ਕੀ ਪੂਰੀ ਸਟਾਈਲ ਹੈ ਚੈੱਕ ਕਰੋ ਇੱਕ ਮਿੰਟ ਤੁਸੀਂ ਸਟਾਈਲ ਦੇਖਿਆ ਨਹੀਂ ਹੋਣਾ ਇਹ ਬੜਾ ਰੇਅਰ ਸਟਾਈਲ ਹੈ ਦੇਖੋ ਡਿਜ਼ਾਈਨ ਦੇਖੋ ਆ ਸ਼ੋ ਪਲੇਨ ਇਧਰ ਦੇਖੋ ਜੈਪੁਰੀ ਗੁੱਡਾ ਦੇਖੋ ਸਾਰੇ ਡਿਜ਼ਾਈਨ ਮਿਲਣਗੇ ਜੈਪੁਰੀ ਗੁੱਡਾ ਇਹ ਕਹਿੰਦੇ 50 ਰੁਪਏ ਕਹਿੰਦੇ ਪਿਆ ਠੀਕ ਹੈ ਤੁਸੀਂ ਆਓਗੇ ਤੁਹਾਨੂੰ ਕਰ ਦਾਂਗੇ ਕੋਈ ਗੱਲ ਨਹੀਂ ਤਾਨੂੰ ਲਾ ਲਾਂਗੇ ਆਪੇ ਕਿੰਨੇ ਭਾਜੀ ਕਿੰਨੇ ਲਾਓਗੇ ਸਾਡੇ ਮੰਦਰ 38 ਰੁਪਏ ਲੱਗ ਜੇ 38 ਰੁਪਏ ਲੱਗ ਜੇ 38 ਰੁਪਏ ਗੁੱਡਾ ਜਿਹਾ ਕਰੋ ਜੀ ਡਿਜ਼ਾਈਨ ਤੁਸੀਂ ਵੇਰਾ ਰੁਕੋ ਜਿਹੜਾ ਦੇਖੋ ਭਾਜੀ ਕੈਮਰਾ ਮਾਰ ਤੂੰ ਇੱਕ ਇੱਕ ਬੰਦੇ ਮਾਰ ਕੇ ਰੱਖ ਹਾਂਜੀ ਗਾਹਕ ਦੇਖ ਲਓ ਰਸ਼ ਬੜਾ ਗਾਹਕ ਆਈ ਆ ਰਹੇ ਬਾਹਰ ਦੇਖੋ ਬਾਹਰ ਦੇਖੋ ਬਾਹਰ ਦੇਖੋ ਕਿੰਨੇ ਤੱਕ ਭੀੜ ਹੈ
ਸਾਡੇ ਅਨਿਰੁੱਧ ਜੀ ਦੇਖੋ ਇਹ ਦੇਖ ਲਓ ਇਧਰ ਡਿਜ਼ਾਈਨ ਦੇਖ ਲਓ ਭਾਈ ਅੱਗੇ ਮੇਰਾ ਦੇਖੀ ਜਾਓ ਪਲੇਨ ਪਲੇਨ ਕੇ ਅੰਦਰ ਮਾ ਸਾਰੇ ਮਿਲ ਜਾਣਗੇ ਇਧਰ ਡਿਜ਼ਾਈਨ ਸਾਰੇ ਕੋਠਾ ਉੱਪਰ ਭਰੇ ਦਾ ਉੱਪਰ ਵੀ ਲੈ ਕੇ ਜਾਂਦੇ ਆ ਤੁਹਾਨੂੰ ਓਏ ਹੋਏ ਇਹ ਦੇਖ ਲਓ ਜੀ ਕੀ ਬਾਤ ਸਾਡੀ ਮੀਨਿੰਗ ਕਰਦਾ ਬਤਾਈ ਪਾਰੀ ਕਾ ਦੇਖੋ छोटी साइज है लग रहा है छोटा साइज है बच्चे आराम ना डाल सकते हैं अभी तनु 80 रुपए अभी आ देखो सेम 80 रुपए अंकुर दिया वाले बस कैमरा 80 रुपए दे बाबारा 80 रुपए दे बारा ध्यान ना देख लो तेल है 80 रुपए दे बारा पठानकोट नियर आशोपुरी मंदिर सुनियारा मार्केट अंकित गेम चेंजर पे की गंदी है वीडियो ਥੱਲੇ ਆ ਪੈਣਾ ਦਾ ਪੂਰਾ ਐਡਰੈਸ ਤੇ ਨੰਬਰ ਡਿਸਕ੍ਰਿਪਸ਼ਨ ਸਾਰਾ ਕੁਝ ਦੇ ਦਾਂਗੇ ਆਪਾਂ ਕੋਈ ਟੈਨਸ਼ਨ ਨਾ ਲਓ ਠੀਕ ਹੈ ਜਿਹੜੇ ਬੰਦੇ ਨੇ ਆਣਾ ਹੈ ਪਹਿਲਾਂ ਫੋਨ ਕਰਕੇ ਓਹੋ 120 ਰੁਪਏ ਦਰਜਨ ਵਾਲੀ 84 ਖੇਚਾ ਮਾਰ ਲੈ ਖੇਚਾ ਸਾਨੂੰ ਇੱਧਰ ਕਹਿੰਦੇ ਖਿੱਚੀ ਅੰਮ੍ਰਿਤਸਰ ਦੇ ਖੇਚਾ ਇਹ ਖੇਚਾ ਮਾਰਨੇ ਕੰਮ ਆਉਂਦੀ ਹੈ ਜਿਹੜਾ ਤੰਗ ਕਰੇ ਇਹ ਦੇਖ ਲਓ ਇਹ ਤੁਹਾਨੂੰ ਪੇਜ 5 ਰੁਪਏ ਦਾ 5 ਰੁਪਏ ਤੁਹਾਨੂੰ ਪੇਜ 4.5 ਰੁਪਏ ਜਾਂ 4 ਰੁਪਏ ਦਾ ਦੇਗਾ ਓਹ ਕੀ ਬਾਤ ਹੈ ਆਜੋ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਅਖੜ ਭੂਤ ਹੈ ਠੀਕ ਹੈ ਜੀ ਤੇ ਮਤਲਬ ਇਹ ਦੇਖ ਲਿਆ ਜੀ ਤੁਹਾਨੂੰ ਆਪਣੀ ਮਨਪਸੰਦ ਗੁੱਡਾ ਦੱਸਣਾ ਮੈਂ ਹੁਣ ਤੁਹਾਨੂੰ ਰੁਕੋ ਮੈਂ ਫਿਲਹਾਲ ਤੇ ਜਿਹੜਾ ਮਛਲੀ ਮਛਲੀ ਡਾਲਣਾ ਅੱਗੇ ਤਾਂ ਭਾਈ ਮਛਲੀ ਦੱਸੋ ਯਾਰ ਤੁਸੀਂ ਮਛਲੀ ਦੱਸੋ 2 ਰੁਪਏ ਵਾਲੀ ਗੁੱਡੀਆਂ ਕੱਲੀ ਆ ਗਈ ਪਤੰਗ ਕੈਨੇਡਾ ਪਤੰਗ ਕੈਨੇਡਾ ਬਜੀ ਇਹਦਾ ਦੱਸੋ ਹੁਣ ਤੂੰ ਕਿਹੜੀ ਪ੍ਰਾਈਸ ਦੱਸੋ ਇਹਦਾ ਕੈਨੇਡਾ ਕੀ ਪ੍ਰਾਈਸ ਪੈਣਾ ਸਾਨੂੰ ਇਹ ਰੱਖ ਭਈਆ ਕੈਨੇਡਾ ਵਾਲਾ ਜੇ ਸਿੰਗਲ ਪੀਸ ਕੋਈ ਲੈਣ ਆਏਗਾ ਤਾਂ 100 ਰੁਪਏ ਉਹ ਠੀਕ ਹੈ ਜੇ ਤੁਹਾਡਾ ਕੋਈ ਨਾ ਲਏਗਾ ਤਾਂ ਸਿੱਧੇ 70 ਰੁਪਏ ਲੱਗਦੇ ਉਹ ਤੇਰੀ 30 ਰੁਪਏ ਡਿਸਕਾਊਂਟ ਕੀ ਚਾਹੀਏ ਹੋਰੇ ਤੇ ਇਹ ਦੇਖੋ ਜੀ ਪਿਓਰ ਬਟਰ ਪੇਪਰ ਪੀਲੀ ਪਤੰਗ ਹੈ ਜੀ ਕਿੰਨੇ ਦੀ ਹੈ ਜੀ ਆ ਤੁਹਾਨੂੰ ਪਏਗੀ ਜੀ 80 ਰੁਪਏ 80 ਰੁਪਏ ਬਟਰ ਪੇਪਰ ਇੱਕ ਮਿੰਟ ਕੈਮਰਾਮੈਨ ਨੂੰ ਕਹਿੰਦੇ ਆ ਬਟਰ ਪੇਪਰ ਮੱਖਣ ਵਾਂਗੂ ਬਟਰ ਪੇਪਰ ਅਮੂਲ ਟ੍ਰਿਪਲ ਪੇਪਰ ਹੈ ਬਟਰ ਅਮੂਲ ਬਟਰ ਡਿਫਰੈਂਸ ਹੈ ਤੁਸੀਂ ਕਹੋਗੇ ਕਿ 10 ਰੁਪਏ ਵਾਧਾ ਹੈ ਪਰ ਬਟਰ ਪੇਪਰ ਹੈ 10 ਰੁਪਏ ਤਾਂ ਵਾਧਾ ਹੈ ਇੰਡੀਆ ਦਾ ਅਮੂਲ ਬਟਰ ਹੈ ਜੀ ਇਹ ਸਾਡਾ ਅਟਰੀ ਬਟਰ ਡਿਲੀਸ਼ੀਅਸ ਅਟਰੀ ਅਮੂਲ ਬਟਰ ਇਹਦੇ ਗੱਲ ਚ ਵੀ ਪਾਉਣਾ ਆਪਾਂ ਅਮੂਲ ਬਟਰ ਅ ਫਿਊ ਮਿੰਟਸ ਲੇਟਰ ਚਲੋ ਉੱਪਰ ਚਲੀਏ ਚਲੋ ਉੱਪਰ ਚਲੋ ਉੱਪਰ ਚਲੋ